ਮਹਿਤਾ ਮੰਡੀ ਵਿਖੇ ਕਸ਼ਮੀਰ ਸਿੰਘ ਸਰਪੰਚ ਨੂੰ ਵਾਈਸ ਚੇਅਰਮੈਨ ਦੇ ਅਹੁਦੇ ਤੇ ਲੋਕ ਸਭਾ ਮੈਂਬਰ ਜਸਵੀਰ ਸਿੰਘ ਡਿੰਪਾ ਵੱਲੋਂ ਤਾਜਪੋਸ਼ੀ ਕੀਤੀ ਗਈ। ਇਸ ਮੌਕੇ ਹਲਕੇ ਦੇ ਸਰਪੰਚ, ਪੰਚ, ਕਾਂਗਰਸੀ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ। ਇਸ ਦੌਰਾਨ ਜਸਵੀਰ ਸਿੰਘ ਡਿੰਪਾ ਨੇ ਕਿਹਾ ਕਿ ਪੰਜਾਬ ਕਾਂਗਰਸ ਵੱਲੋਂ ਕੀਤੇ ਗਏ ਹਰ ਵਾਅਦੇ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਲਗਾਤਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਵੀ ਕੀਤੇ ਜਾ ਰਹੇ ਨੇ। ਇਸ ਇਲਾਕੇ ਦੀ ਜਿਹੜੀ ਮੈਂ ਸਮਝਦਾ ਰੀੜ ਦੀ ਹੱਡੀ ਅਤੇ ਇੱਕ ਧੜੱਲੇਦਾਰ ਆਗੂ ਸਰਦਾਰ ਕਸ਼ਮੀਰ ਸਿੰਘ ਸਰਪੰਚ ਹੋਣਾ ਤੋਂ ਬਾਅਦ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਦਾ ਜੋ ਪੰਜਾਬ ਸਰਕਾਰ ਵੱਲੋਂ ਜਿਹੜਾ ਵਾ ਨਾਮਜ਼ਦ ਕੀਤਾ ਹੈ ਉਹਨਾਂ ਨੇ ਅੱਜ ਆਪਣਾ ਦਫ਼ਤਰ ਗ੍ਰਹਿਣ ਕੀਤਾ। ਮੈਂ ਇਸ ਮੌਕੇ 'ਤੇ ਕਸ਼ਮੀਰ ਸਿੰਘ ਹੋਣਾ ਨੂੰ ਅਤੇ ਇਸ ਇਲਾਕੇ ਦੇ ਸਮੁੱਚੇ ਆਪਣੇ ਭੈਣਾਂ ਭਰਾਵਾਂ ਨੂੰ ਵਧਾਈ ਦਿੰਦਾ। ਇਹ ਸਿਰਫ ਕਾਂਗਰਸ ਦੇ ਜੁੰਮੇ ਆ ਜਦੋਂ ਵੀ ਨਿਰਵਿਘਨ ਖਰੀਦ ਹੋਈ। ਹਮੇਸ਼ਾ ਕੇਂਦਰ ਸਰਕਾਰ ਦੇ ਆ ਜਿਹੜੀ ਮੋਦੀ ਗੌਰਮੈਂਟ ਆ ਇਹਦੇ ਮਨਸੂਬੇ ਰਹੇ ਆ, ਇਹਨਾਂ ਨੇ ਕਿਸੇ ਨਾ ਕਿਸੇ ਢੰਗ ਦੇ ਨਾਲ ਪੰਜਾਬ ਨਾਲ ਮਤਰਈ ਮਾਲਾ ਸੰਦੂਕ ਕੀਤਾ, ਪੰਜਾਬ ਨੂੰ ਖੱਜਲ ਖਰਾਬ ਕਰਦੀ ਹਮੇਸ਼ਾ ਇਹਨਾਂ ਦੀ ਜਿਹੜੀ ਆ ਉਹ ਕੋਝੀ ਚਾਲ ਰਹੀ ਹੈ। ਉਸਦੇ ਬਾਵਜੂਦ ਵੀ ਮੈਂ ਵਧਾਈ ਦਿੰਦਾ ਆਪਣੇ ਮੁੱਖ ਮੰਤਰੀ ਸਰ ਚਰਨਜੀਤ ਸਿੰਘ ਚੰਨੀ ਹੋਣਾ ਨੂੰ, ਸਾਡੇ ਜਿਹੜੇ ਫੂਡ ਐਂਡ ਸਿਵਲ ਸਪਲਾਈ ਮਿਨਿਸਟਰ ਨੇ ਭਾਰਤ ਭੂਸ਼ਣ ਆਸ਼ੂ ਹੋਣਾ ਨੂੰ, ਜਿਨ੍ਹਾਂ ਨੇ ਬਹੁਤ ਸੁਚੱਜੇ ਢੰਗ ਦੇ ਨਾਲ ਹਮੇਸ਼ਾ ਹੀ ਪੰਜ ਕਣਕ ਦੀਆਂ, ਪੰਜ ਝੋਨੇ ਦੀਆਂ ਫਸਲਾਂ ਦੀ ਜਿਹੜੀ ਖਰੀਦ ਕੀਤੀ। ਐਰਕਾ ਵੀ ਬੜਾ ਲੰਮਾ ਸਮਾਂ ਇਹਨਾਂ ਨੇ ਡਿਲੇਅ ਕੀਤੀ ਪਿਛਲੀ ਵਾਰ, ਇਹਨਾਂ ਜਾਣ ਕੇ ਕੇਂਦਰ ਸਰਕਾਰ ਨੇ ਬਾਰਦਾਨੇ 'ਚ ਦੇਰੀ ਕੀਤੀ, ਪਰ ਉਸਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਐਰਕਾ CCL ਲਿਮਟ ਬੜੀ ਲੇਟ ਕੀਤੀ, ਫਿਰ 10 ਦਿਨ ਖਰੀਦ ਅੱਗੇ ਪਾਤੀ, ਜਿਹਦਾ ਅਸੀਂ ਸਾਰੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਾ ਨੇ ਕੇਂਦਰ ਨਾਲ ਗੱਲ ਕੀਤੀ, ਮਾਵੇ ਸਾਡੇ ਧਿਆਨ ਦੇ ਵਿੱਚ ਲਵਾਓ, ਅਸੀਂ ਬਿਲਕੁਲ ਜਿਹੜਾ ਕਿਸੇ ਨੂੰ ਖੱਜਲ ਖੁਆਰ ਨਹੀਂ ਹੋਣ ਦੇਣਾ, ਸਹੀ ਤਰੀਕੇ ਨਾਲ ਜਿਹੜਾ ਪੁਰਾਣੇ ਮਾਪਦੰਡਾਂ ਦੇ ਉੱਤੇ ਜਿਹੜਾ ਵਾ ਉਹ ਖਰੀਦ ਜਿਹੜੀ ਹੋ ਰਹੀ ਆ। ਸੋ ਫਿਰ ਮੇਰੀ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਕਿ ਕਿਤੇ ਵੀ ਕੋਈ ਮੁਸ਼ਕਲ ਆਵੇ ਸਾਡੇ ਧਿਆਨ 'ਚ ਜ਼ਰੂਰ ਲਿਆਂਦਾ ਜਾਵੇ। ਧੰਨਵਾਦ ਚਾਹੀਦਾ। ਦੇਰੀ ਜ਼ਰੂਰ ਕੀਤੀ ਪਰ CCL ਲਿਮਿਟ ਉਹ ਜਿਹੜੀ ਆ ਗਈ ਆ, ਫਸਲ ਦਾ ਪੇਮੈਂਟ ਭੁਗਤਾਨ ਜਿਹੜਾ ਵਾ ਹਰ ਇੱਕ ਨੂੰ ਜਿਹੜਾ ਟਾਈਮ ਦੇ ਨਾਲ ਹੋਏ। ਲਿਫਟ ਜਿੱਥੇ ਕਈ ਮੰਡੀਆਂ ਦੇ ਵਿੱਚ ਜ਼ਰੂਰ ਮੁਸ਼ਕਲ ਹੈਗੀ ਆ, ਪਰ ਇਸ ਦੇ ਉੱਤੇ ਜਿਹੜੀ ਆ DC ਹਰ DC ਨੂੰ ਜਿਹੜਾ ਵਾ ਇਹ ਹਦਾਇਤ ਕਰ ਦਿੱਤੀ ਗਈ ਆ ਕਿ ਛੇਤੀ ਤੋਂ ਛੇਤੀ ਲਿਫਟਿੰਗ ਕਰਾਈ ਜਾਵੇ। ਅੱਜ ਕਿਸ ਤਰ੍ਹਾਂ ਤੁਹਾਨੂੰ ਦਾ ਮੌਕਾ ਮਿਲਿਆ? ਮੈਂ ਪਹਿਲਾਂ ਤਾਂ ਬਹੁਤ ਸੱਚੇ ਪਿਤਾ ਵਾਹਿਗੁਰੂ ਦਾ ਧੰਨਵਾਦ ਕਰਦਾ ਕੋਟ-ਕੋਟ ਜਿਨ੍ਹਾਂ ਨੇ ਮਿਹਰ ਕੀਤੀ ਆ, ਔਰ ਮੇਰੇ ਵੱਡੇ ਵੀਰ ਸਰਦਾਰ ਜਸਵੀਰ ਸਿੰਘ ਜੀ ਡਿੰਪਾ MP ਸਾਹਿਬ ਸਾਡੇ, ਔਰ MLA ਸਾਹਿਬ ਸਾਡੇ ਡੈਨੀ ਸਾਹਿਬ ਜੀ ਅਤੇ ਹੋਰ ਇਲਾਕੇ ਦੀ ਸੰਗਤ ਦੇ ਸਹਿਯੋਗ ਦੇ ਨਾਲ ਜੋ ਮੈਨੂੰ ਇਹ ਸੇਵਾ ਦਿੱਤੀ ਗਈ ਆ, ਅਤੇ ਸਰਦਾਰ ਮੋਹਨ ਸਿੰਘ ਨੱਬਰ ਪਿੰਡ ਦੀ ਚੇਅਰਮੈਨ ਸਾਹਿਬ ਸਾਡੇ ਨਾਲ ਸਰਪੰਚ ਸਾਰੇ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹਨਾਂ ਦਾ। ਅਤੇ ਆਪਣੀ ਜਿਹੜੀ ਵੀ ਜ਼ਿੰਮੇਵਾਰੀ ਲੱਗੀ ਆ ਮਹਾਰਾਜ ਨੇ ਲਾਈ ਆ, ਇਹਦੀ ਜਿਹੜੀ ਇਮਾਨਦਾਰੀ ਦੇ ਨਾਲ ਤਨਦੇਹੀ ਦੇ ਨਾਲ ਸੇਵਾ ਕਰਾਂਗੇ। ਇਹ ਸੇਵਾ ਜਿਹੜੀ ਆ ਮਹਾਰਾਜ ਨੇ ਦਿੱਤੀ ਆ ਅਤੇ ਇਹਨੂੰ ਪੂਰੀ ਨੇਪਰੇ ਚਾੜਾਂਗੇ ਅਤੇ ਬੇਦਾਗ ਮਤਲਬ ਸੇਵਾ ਕਰਾਂਗੇ। ਕੋਈ ਵੀ ਮੁਸ਼ਕਲ ਕਿਸਦੀ ਆ ਉਹ ਜਿਹੜੀ ਆਊ ਵੀ ਸਾਡੇ ਕੋਲ ਉਹਨੂੰ ਮਤਲਬ ਵੱਡੀ ਪੱਧਰ 'ਤੇ ਸਾਰਿਆਂ ਸਹਿਯੋਗ ਦੇ ਨਾਲ ਹੱਲ ਕੀਤਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ। ਚੌਂਕ ਮਹਿਤਾ ਤੋਂ ਧਰਮਿੰਦਰ ਸਿੰਘ ਭੰਮਰਾ ਦੀ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ TV।